गुड मॉर्निंग स्टूडेंट्स, होप यू आर डूइंग योर बेस्ट। स्टूडेंट्स, तुसी नोटिस कर रहे होगे कि टेक्नोलॉजी इज़ वर्किंग एज ए बून इन आर एजुकेशन सिस्टम। इट इज़ बिकॉज ऑफ टेक्नोलॉजी कि साडा जिहड़ा एजुकेशन सिस्टम है अनइंटरप्टडली चल रहा है। वेखो स्टूडेंट्स, एजुकेशन भावें स्कूल लैवल ते जां कॉलेज जां यूनिवर्सिटी लैवल ते है, टेक्नोलॉजी इन्ना पॉजिटिव रोल प्ले कर रही है कि साडे एजुकेशन सिस्टम जिहड़ा है ਉਹਦੇ ਲਈ ਇੱਕ ਵਰਦਾਨ ਸਾਬਤ ਹੋ ਰਹੀ ਹੈ। ਸੋ ਸਟੂਡੈਂਟਸ, ਸਾਡਾ ਅੱਜ ਦਾ ਟੌਪਿਕ ਹੈ ਬੇਸਿਕ ਪ੍ਰਿੰਸੀਪਲਸ ਆਫ ਕੰਟੈਂਪਰੇਰੀ ਔਰ ਮਾਡਰਨ ਲਿਬਰਲਿਜ਼ਮ। ਟੌਪਿਕ 'ਤੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਫਿਰ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਵੀ ਤੁਸੀਂ ਲੈਸਨ ਦੇਖਣਾ ਹੈ, ਪਲੀਜ਼ ਆਪਣੀ ਕਾਪੀ ਅਤੇ ਪੈੱਨ ਨਾਲ ਲੈ ਲੈਣਾ ਹੈ ਅਤੇ ਸਾਰੇ ਪੁਆਇੰਟਸ ਨੋਟ ਕਰੀ ਜਾਣੇ ਹਨ। ਸੋ ਅੱਜ ਦਾ ਟੌਪਿਕ ਹੈ ਬੇਸਿਕ ਪ੍ਰਿੰਸੀਪਲਸ ਆਫ ਕੰਟੈਂਪਰੇਰੀ ਔਰ ਮਾਡਰਨ ਲਿਬਰਲਿਜ਼ਮ। ਇਸ ਦਾ ਇੱਕ ਤੀਸਰਾ ਨਾਂ ਵੀ ਹੈ ਪੋਜ਼ਿਟਿਵ ਲਿਬਰਲਿਜ਼ਮ। ਸੋ ਪੰਜਾਬੀ 'ਚ ਸਮਕਾਲੀ ਜਾਂ ਆਧੁਨਿਕ ਆਧਾਰਵਾਦ ਜਾਂ ਸਕਾਰਾਤਮਕ ਆਧਾਰਵਾਦ ਦੇ ਮੁੱਖ ਸਿਧਾਂਤ। ਸੋ ਸਟੂਡੈਂਟਸ, ਅਸੀਂ ਪਹਿਲਾਂ ਕਰ ਚੁੱਕੇ ਹਾਂ ਮੀਨਿੰਗ, ਡੈਫੀਨੇਸ਼ਨ, ਓਰੀਜਨ ਐਂਡ ਸਪੋਰਟਰਸ ਆਫ ਲਿਬਰਲਿਜ਼ਮ। ਫਿਰ ਅਸੀਂ ਕੀਤਾ ਸੀ ਮੇਨ ਪ੍ਰਿੰਸੀਪਲਸ ਆਫ ਕਲਾਸੀਕਲ ਲਿਬਰਲਿਜ਼ਮ, ਮੀਨਸ ਕਿ ਪਰੰਪਰਾਵਾਦੀ ਉਧਾਰਵਾਦ ਦੇ ਸਿਧਾਂਤ। ਅੱਜ ਅਸੀਂ ਸਮਕਾਲੀ ਉਧਾਰਵਾਦ ਦੇ ਸਿਧਾਂਤ ਕਰ ਰਹੇ ਹਾਂ। ਲੜੀ ਨੂੰ ਜੋੜਨ ਵਾਸਤੇ ਥੋੜ੍ਹਾ ਜਿਹਾ ਫੋਕਸ ਹੋਣਾ ਚਾਹੁੰਦੇ ਹਾਂ ਮੀਨਿੰਗ 'ਤੇ। ਮੀਨਿੰਗ ਐਂਡ ਓਰੀਜਨ ਆਫ ਲਿਬਰਲਿਜ਼ਮ। ਉਧਾਰਵਾਦ, ਲਿਬਰਲਿਜ਼ਮ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ਜਿਸ ਦੀ ਉਤਪਤੀ ਲਤੀਨੀ ਭਾਸ਼ਾ ਦੇ ਸ਼ਬਦ ਲਿਬਰਲਿਸ ਤੋਂ ਹੋਈ ਹੈ, ਜਿਸ ਦਾ ਭਾਵ ਹੈ ਸੁਤੰਤਰ ਵਿਅਕਤੀ। ਸੋ ਲਿਬਰਲਿਜ਼ਮ ਦੇ ਸਿਧਾਂਤ ਦਾ ਮੁੱਖ ਕੇਂਦਰ ਕੀ ਹੈ? ਮਨੁੱਖੀ ਕਲਿਆਣ ਅਤੇ ਮਨੁੱਖ ਦੀਆਂ ਸੁਤੰਤਰਤਾਵਾਂ। ਉਹਨੂੰ ਰਾਜਨੀਤਿਕ ਸੁਤੰਤਰਤਾ ਚਾਹੀਦੀ ਹੈ, ਸਮਾਜਿਕ ਚਾਹੀਦੀ ਹੈ, ਆਰਥਿਕ ਚਾਹੀਦੀ ਹੈ ਅਤੇ ਧਾਰਮਿਕ ਸੁਤੰਤਰਤਾ ਚਾਹੀਦੀ ਹੈ। ਮੀਨਿੰਗ ਅਸੀਂ ਬੜੀ ਡਿਟੇਲ 'ਚ ਬੱਚਿਓ ਪਹਿਲਾਂ ਕਰ ਚੁੱਕੇ ਹਾਂ, ਪਰ ਆਪਣੇ ਕੁਐਸਚਨ ਨੂੰ ਤੁਸੀਂ ਵਧੀਆ ਬਣਾਉਣ ਲਈ ਜਦੋਂ ਵੀ ਲਿਬਰਲਿਜ਼ਮ ਦਾ ਕੁਐਸਚਨ ਆਉਂਦਾ ਹੈ ਤਾਂ ਤੁਸੀਂ ਮੀਨਿੰਗ ਤੋਂ ਸਟਾਰਟ ਕਰੋਗੇ ਅਤੇ ਇਹਦਾ ਇੰਪੈਕਟ ਜ਼ਿਆਦਾ ਅੱਛਾ ਹੋਏਗਾ। ਸੋ ਅੱਗੇ ਵੱਧਦੇ ਹਾਂ। ਇਹਨਾਂ ਨੇ ਕਿਹਾ ਸੀ ਕਿ ਮਨੁੱਖੀ ਕਲਿਆਣ, ਮਨੁੱਖ ਦਾ ਵਿਕਾਸ ਤਾਂ ਹੀ ਸੰਭਵ ਹੈ ਜੇ ਉਹਨੂੰ ਹਰ ਖੇਤਰ ਦੇ ਵਿੱਚ ਸੁਤੰਤਰਤਾ ਦਿੱਤੀ ਜਾਵੇ। ਹੁਣ ਸਟੂਡੈਂਟਸ, ਅੱਗੇ ਵੱਧਦੇ ਹਾਂ। ਫੋਰਮਸ ਆਫ ਲਿਬਰਲਿਜ਼ਮ, ਉਧਾਰਵਾਦ ਦੇ ਰੂਪ। ਕਲਾਸੀਕਲ ਲਿਬਰਲਿਜ਼ਮ ਜਿਹੜਾ ਅਸੀਂ ਪਹਿਲਾਂ ਕਰ ਚੁੱਕੇ ਹਾਂ, ਪਰੰਪਰਾਵਾਦੀ ਉਧਾਰਵਾਦ। ਸਟੂਡੈਂਟਸ, ਮੈਂ ਹਮੇਸ਼ਾ ਹੀ ਤੁਹਾਨੂੰ ਯਾਦ ਕਰਾਉਂਦੀ ਹਾਂ ਕਿ ਰਾਜਨੀਤੀ ਦੀ ਪ੍ਰਯੋਗਸ਼ਾਲਾ ਹੈ ਹਿਸਟਰੀ, ਔਰ ਹਿਸਟਰੀ ਹੀ ਇਹਦੀ ਹਿਸਟਰੀ ਵਿੱਚੋਂ ਰਾਜਨੀਤੀ ਨਿਕਲਦੀ ਹੈ। ਕੁਛ ਨਾ ਕੁਛ ਬੁਰੇ ਸਿੱਟੇ ਹੁੰਦੇ ਹਨ ਅਤੇ ਜਿਹਦੇ ਨਾਲ ਨਵਾਂ ਸਿਧਾਂਤ ਜਨਮ ਲੈਂਦਾ ਸੀ। ਸੋ ਕਲਾਸੀਕਲ ਲਿਬਰਲਿਜ਼ਮ ਉਦੋਂ ਨਿਕਲਿਆ ਜਦੋਂ ਰਾਜੇ ਜਿਹੜੇ ਸੀ ਉਹ ਨਿਰੰਕਸ਼ਵਾਦੀ ਸੀ, ਬਹੁਤ ਪਾਵਰਫੁੱਲ ਸੀ, ਚਰਚ ਦੀਆਂ ਪਾਵਰਸ ਬਹੁਤ ਸੀ, ਰਾਜਿਆਂ ਦੀਆਂ ਬਹੁਤ ਸੀ, ਨੋਬਲਸ ਅਲੀਟ ਵਰਗ ਜਿਹੜਾ ਉਹ ਰਾਜ ਕਰਦਾ ਸੀ। ਤਾਂ ਉਸ ਟਾਈਮ 'ਤੇ ਜਿਹੜੇ ਸਕਾਲਰ ਸੀ, ਫਿਲੋਸਫਰ ਸੀ, ਆਈਡੀਓਲੋਜਿਸਟ ਸੀ, ਉਹਨਾਂ ਨੇ ਕਿਹਾ ਕਿ ਮਨੁੱਖ ਨੂੰ ਵੱਧ ਤੋਂ ਵੱਧ ਫਰੀਡਮ ਦੇਣੀ ਚਾਹੀਦੀ ਹੈ। ਸੋ ਕਲਾਸੀਕਲ ਲਿਬਰਲਿਜ਼ਮ ਨੇ ਮਨੁੱਖ ਨੂੰ ਅਨਲਿਮਿਟਿਡ ਫਰੀਡਮ ਦਾ ਜਿਹੜਾ ਸਿਧਾਂਤ ਸੀ ਉਹ ਦਿੱਤਾ। ਹੁਣ ਇਹ ਕਦੋਂ ਸ਼ੁਰੂ ਹੋਇਆ ਸੀ? 16ਵੀਂ ਈਸਵੀ ਦੇ ਲਾਸਟ 'ਤੇ ਸ਼ੁਰੂ ਹੋ ਕੇ 19ਵੀਂ ਈਸਵੀ ਦੇ ਲਾਸਟ ਤੱਕ ਰਿਹਾ। ਉਸ ਤੋਂ ਅੱਗੇ ਇਸ ਸਿਧਾਂਤ ਵਿੱਚ ਕੁਛ ਮੋਡੀਫਿਕੇਸ਼ਨਸ ਹੋਈਆਂ, ਕੁਛ ਇਹਦੇ ਸਿਧਾਂਤ ਦੇ ਬੈਡ ਇੰਪੈਕਟ ਪਏ ਸਾਡੀ ਇਕੋਨੋਮੀ ਦੇ ਉੱਤੇ, ਅਰਥ ਵਿਵਸਥਾ 'ਤੇ, ਅਤੇ ਇਹਨੇ ਨਵੇਂ ਇਹਦਾ ਨਵਾਂ ਰੂਪ ਬਣ ਗਿਆ ਸਮਕਾਲੀ ਉਧਾਰਵਾਦ।
ਸਮਕਾਲੀ ਆਧਾਰਵਾਦ 19ਵੀਂ ਸਦੀ ਦੇ ਲਾਸਟ ਤੇ ਸ਼ੁਰੂ ਹੋ ਕੇ 20ਵੀਂ ਸਦੀ ਦੇ ਵਿੱਚ ਬਹੁਤ ਹਰਮਨ ਪਿਆਰਾ ਬਣਿਆ। ਸੋ ਇਸੇ ਤਰ੍ਹਾਂ ਇਹਨਾਂ ਦੋਵਾਂ ਦੇ ਕੁਛ ਸਿਧਾਂਤ ਇਹਦੇ ਕੁਛ ਸਿਧਾਂਤ ਇਹਦੇ ਵਿੱਚੋਂ ਲੈ ਗਏ ਤੇ ਉਹਦਾ ਨਵਾਂ ਰੂਪ ਬਣ ਗਿਆ ਨਿਊ ਲਿਬਰਲਿਜ਼ਮ, ਨਵ ਉਧਾਰਵਾਦ। ਪਰ ਸਟੂਡੈਂਟਸ, ਸਾਡਾ ਅੱਜ ਦਾ ਫੋਕਸ ਹੈ ਸਮਕਾਲੀ ਉਧਾਰਵਾਦ। ਸੋ ਅੱਗੇ ਵੱਧਦੇ ਹਾਂ। ਰੀਜ਼ਨਸ ਆਫ ਕੰਟੈਂਪਰੇਰੀ ਲਿਬਰਲਿਜ਼ਮ, ਸਮਕਾਲੀ ਉਧਾਰਵਾਦ ਦੇ ਕਾਰਨ। ਸਭ ਤੋਂ ਪਹਿਲਾਂ ਸੀ ਰਾਜਨੀਤਿਕ ਲੋਕਤੰਤਰ ਦਾ ਪ੍ਰਸਾਰ। 19ਵੀਂ ਸਦੀ ਦੇ ਲਾਸਟ ਤੇ ਲੋਕਾਂ ਵਿੱਚ ਰਾਜਨੀਤਿਕ ਲੋਕਤੰਤਰ ਦਾ ਪ੍ਰਸਾਰ ਵਧਿਆ। ਲੋਕ ਅਵੇਅਰ ਹੋਏ ਆਪਣੀਆਂ ਰਾਈਟਸ ਬਾਰੇ, ਉਹਨਾਂ ਨੂੰ ਪਤਾ ਲੱਗਿਆ ਕਿ ਉਹ ਗੁਲਾਮ ਕਿਉਂ ਹਨ। ਦੂਜਾ, ਇਹ ਕਦੋਂ ਸਟਾਰਟਡ ਹੋਇਆ ਸੀ? 19ਵੀਂ ਸਦੀ ਦੇ ਲਾਸਟ ਤੇ, ਐਂਡ ਉਹਦੇ ਨਾਲ ਸਮਕਾਲੀ ਉਧਾਰਵਾਦ ਜਿਹੜਾ ਹੈ ਉਹਦਾ ਜਨਮ ਹੋਇਆ। ਦੈਨ ਜਿਹੜਾ ਪਰੰਪਰਾਵਾਦੀ ਉਧਾਰਵਾਦੀਆਂ ਨੇ ਖੁੱਲ੍ਹੇ ਮੁਕਾਬਲੇ ਦਾ ਸਿਧਾਂਤ ਦਿੱਤਾ ਸੀ, ਉਹਦੇ ਬੁਰੇ ਸਿੱਟੇ ਨਿਕਲੇ ਅਤੇ ਉਹਦਾ ਇੰਪੈਕਟ ਕੀ ਸੀ? 1930 ਦੀ ਆਰਥਿਕ ਮੰਦਹਾਲੀ, ਜਿਸ ਦੇ ਨਾਲ ਕੀ ਹੋਇਆ, ਅਮੀਰ ਅਤੇ ਗਰੀਬ ਵਿੱਚ ਆਰਥਿਕ ਸਮਾਨਤਾ ਪੈਦਾ ਹੋਈ। ਐਂਡ ਇਸ ਤੋਂ ਇਲਾਵਾ ਰਾਜ ਦੀ ਭੂਮਿਕਾ ਦੇ ਵਿੱਚ ਫਰਕ, ਜਿਹੜੇ ਕਲਾਸੀਕਲ ਸੀ ਉਹ ਕੀ ਕਹਿੰਦੇ ਸੀ ਕਿ ਰਾਜ ਇੱਕ ਬਨਾਵਟੀ ਸੰਸਥਾ ਹੈ, ਅਤੇ ਸਮਕਾਲੀ ਉਧਾਰਵਾਦੀ ਕੀ ਕਹਿ ਰਹੇ ਕਿ ਰਾਜ ਬਨਾਵਟੀ ਸੰਸਥਾ ਨਹੀਂ ਹੈ। ਸੋ ਇਸ ਦੇ ਕਾਰਨ ਕਿਹੜੇ ਬਣੇ? 1930s ਆਰਥਿਕ ਮੰਦਹਾਲੀ, ਲੋਕਾਂ ਵਿੱਚ ਰਾਜਨੀਤਿਕ ਚੇਤਨਤਾ ਵਧੀ, ਅਮੀਰ ਗਰੀਬ ਦੇ ਪਾੜੇ ਨੇ ਇੱਕ ਨਵੇਂ ਸਿਧਾਂਤ ਨੂੰ ਜਨਮ ਦਿੱਤਾ, ਅਤੇ ਇਹਦੇ ਵਿੱਚ ਰਾਜ ਦੀ ਜਿਹੜੀ ਭੂਮਿਕਾ ਹੈ ਉਸਦੇ ਵਿੱਚ ਵੀ ਉਹਦਾ ਵੀ ਜਿਹੜਾ ਫੋਕਸ ਹੈ ਉਹ ਚੇਂਜ ਕੀਤਾ। ਦੀਜ਼ ਆਰ ਦਾ ਰੀਜ਼ਨਸ ਫਾਰ ਦਾ ਅਮਰਜੈਂਸ ਆਫ ਦਾ ਮਾਡਰਨ ਲਿਬਰਲਿਜ਼ਮ। ਸੋ ਫਾਰ ਦਾ ਇੰਗਲਿਸ਼ ਮੀਡੀਅਮ ਸਟੂਡੈਂਟਸ, ਡਿਵੈਲਪਮੈਂਟ ਆਫ ਪੋਲੀਟੀਕਲ ਡੈਮੋਕਰੇਸੀ, ਬੈਡ ਇੰਪੈਕਟ ਆਫ ਓਪਨ ਟ੍ਰੇਡ, 1930s ਇਕਨੋਮਿਕਸ ਡਿਪਰੈਸ਼ਨ, ਬਿਗ ਗੈਪ ਬਿਟਵੀਨ ਰਿਚ ਐਂਡ ਪੂਅਰ, ਐਂਡ ਸਟੇਟ ਇਜ਼ ਨਾਟ ਐਨ ਆਰਟੀਫਿਸ਼ੀਅਲ ਇੰਸਟੀਟਿਊਸ਼ਨ। ਸੋ ਦੀਜ਼ ਆਰ ਦਾ ਰੀਜ਼ਨਸ ਫਾਰ ਦਾ ਇਮਰਜੈਂਸ ਆਫ ਦਾ ਮਾਡਰਨ ਲਿਬਰਲਿਜ਼ਮ। ਅੱਗੇ ਵੱਧਦੇ ਹਾਂ ਸਟੂਡੈਂਟਸ। ਆਈ ਨੀਡ ਯੂਅਰ ਫੋਕਸ ਹੀਅਰ ਕਿ ਤੁਹਾਨੂੰ ਬਿਲਕੁਲ ਕਲੀਅਰ ਹੋ ਜਾਏ ਕਿ ਸਮਕਾਲੀ ਉਧਾਰਵਾਦ ਦਾ ਕੀ ਭਾਵ ਹੈ, ਇਹਨਾਂ ਦਾ ਮੇਨ ਫੋਕਸ ਕੀ ਹੈ। ਸਭ ਤੋਂ ਪਹਿਲਾਂ ਕੀ ਹੈ ਕਿ ਸਮਕਾਲੀ ਉਧਾਰਵਾਦ 20ਵੀਂ ਸਦੀ ਦੀ ਹਰਮਨ ਪਿਆਰੀ ਧਾਰਨਾ ਹੈ। ਇਸ ਦਾ ਮੁੱਖ ਕੇਂਦਰ ਕੀ ਹੈ, ਸ਼ਿਫਟ ਹੋਇਆ ਕਿ ਰਾਜ ਸਮਾਜਿਕ ਕਲਿਆਣ ਦੀ ਸੰਸਥਾ ਹੈ। ਰਾਜ ਇੱਕ ਅਜਿਹੀ ਸੰਸਥਾ ਹੈ ਜਿਸ ਤੋਂ ਬਿਨਾਂ ਮਨੁੱਖ ਦਾ ਕਲਿਆਣ ਜਿਹੜਾ ਹੈ ਉਹ ਸੰਭਵ ਨਹੀਂ ਹੈ। ਦੈਨ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਸੁਤੰਤਰਤਾ ਦੇ ਇਹ ਸਮਰਥਕ ਰਹੇ। ਐਂਡ ਸਭ ਤੋਂ ਵੱਡੀ ਚੇਂਜ ਸੀ ਕਿ ਇਹਨਾਂ ਨੇ ਨਿਯਮਤ ਅਰਥ ਵਿਵਸਥਾ 'ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਰਾਜ ਨੂੰ ਫੈਸਲੇ ਕਰਨੇ ਚਾਹੀਦੇ ਹਨ ਕਿ ਉਹਦੀ ਇਕੋਨੋਮੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਸੋ ਦੀਜ਼ ਆਰ ਦਾ ਮੇਨ ਫੋਕਸਿਸ ਆਫ ਦਾ ਸਮਕਾਲੀ ਉਧਾਰਵਾਦ। ਹੁਣ ਫਾਰ ਦਾ ਇੰਗਲਿਸ਼ ਮੀਡੀਅਮ ਸਟੂਡੈਂਟਸ, ਸਟੇਟ ਇਜ਼ ਐਨ ਇੰਸਟੀਟਿਊਸ਼ਨ ਆਫ ਸੋਸ਼ਲ ਵੈਲਫੇਅਰ, ਫਰੀਡਮ ਇਨ ਸੋਸ਼ਲ, ਪੋਲੀਟੀਕਲ ਐਂਡ ਰਿਲੀਜੀਅਸ ਸਫੀਅਰ, ਐਂਡ ਦੇ ਆਲਸੋ ਫੋਕਸਡ ਔਨ ਦਾ ਪਲੂਰਲਿਸਟਿਕ ਸੋਸਾਇਟੀ। ਬਹੁਵਾਦੀ ਸਮਾਜ ਇਸ ਵਿੱਚ ਅਲੱਗ ਅਲੱਗ ਧਰਮਾਂ ਜਾਤਾਂ ਦੇ ਲੋਕ ਰਹਿੰਦੇ ਹਨ। ਐਂਡ ਈਕੁਅਲ ਓਪਰਚੁਨਿਟੀਜ਼, ਆਲ ਇੰਡੀਵਿਜੁਅਲਸ ਆਰ ਈਕੁਅਲ, ਐਂਡ ਰੈਗੂਲੇਟਡ ਇਕੋਨੋਮੀ। ਸੋ ਇਹ ਮੇਨ ਫੋਕਸ ਹੈ ਸਮਕਾਲੀ ਉਧਾਰਵਾਦ ਦਾ। ਹੁਣ ਸਟੂਡੈਂਟਸ, ਅਸੀਂ ਇਸ ਦੇ ਸਿਧਾਂਤਾਂ ਵੱਲ ਵੱਧਦੇ ਹਾਂ ਕਿ ਇਹਦੇ ਸਪੋਰਟਰਸ ਜਿਹੜੇ ਹਨ ਉਹ ਕਿਹੜੇ ਕਿਹੜੇ ਹਨ। ਸਪੋਰਟਰਸ ਆਫ ਕੰਟੈਂਪਰੇਰੀ ਲਿਬਰਲਿਜ਼ਮ,
ਕਾਰਲਾਇਲ, ਰਸਕਿਨ ਜੀ, ਜੇ ਐਸ ਮਿਲ, ਜਿਨ੍ਹਾਂ ਨੇ ਕਿ ਰਾਜ ਦੇ ਖੇਤਰ ਨੂੰ ਬਹੁਤ ਵਧਾਇਆ ਅਤੇ ਉਹਨਾਂ ਨੇ ਕਿਹਾ ਕਿ ਰਾਜ ਇੱਕ ਕਲਿਆਣਕਾਰੀ ਸੰਸਥਾ ਹੈ ਜਿਹੜੀ ਆਪਣੇ ਮਨੁੱਖਾਂ ਦਾ ਹਮੇਸ਼ਾ ਚੰਗਾ ਚਾਹੁੰਦੀ ਹੈ। ਪ੍ਰੋਫੈਸਰ ਲਾਸਕੀ ਜਿਹੜੇ ਕਿ ਮੈਗਿਲ ਯੂਨੀਵਰਸਿਟੀ ਕੈਨੇਡਾ ਦੇ ਵਿੱਚ ਪ੍ਰੋਫੈਸਰ ਸੀ, ਉਹਨਾਂ ਨੇ ਕਿਹਾ ਕਿ ਰਾਜ ਦੀ ਪਹਿਚਾਣ ਉੱਥੋਂ ਹੁੰਦੀ ਹੈ ਕਿ ਉਹ ਆਪਣੇ ਵਿਅਕਤੀਆਂ ਨੂੰ, ਆਪਣੇ ਨਾਗਰਿਕਾਂ ਨੂੰ ਕਿਹੋ ਜਿਹੇ ਰਾਈਟਸ ਜਿਹੜੇ ਨੇ ਉਹ ਦਿੰਦਾ ਹੈ। ਦੈਨ ਜੀ ਡੀ ਐਚ ਕੋਲਜੀ ਐਂਡ ਬਾਰਕ, ਇਹਨਾਂ ਨੇ ਸਮਕਾਲੀ ਆਧਾਰਵਾਦ ਦਾ ਜਿਹੜਾ ਕੋਨਸੈਪਟ ਹੈ, ਜਿਹੜੇ ਸਿਧਾਂਤ ਹਨ ਉਹ ਦਿੱਤੇ। ਸਟੂਡੈਂਟਸ, ਇੱਥੇ ਤੁਹਾਨੂੰ 2 ਨੰਬਰ ਦਾ ਕੁਸਚਨ ਵੀ ਆ ਸਕਦਾ ਹੈ ਅਤੇ ਇੱਥੇ ਓਬਜੈਕਟਿਵ ਟਾਈਪ ਕੁਸਚਨ ਵੀ ਬਣਦਾ ਹੈ ਮਲਟੀਪਲ ਚੋਇਸ, ਅਤੇ 2 ਨੰਬਰ ਦੇ ਕੁਸਚਨ ਤੁਹਾਡੇ ਕੋਲ ਸਮਰਥਕ ਪੁੱਛੇ ਜਾ ਸਕਦੇ ਹਨ। ਸੋ ਪਲੀਜ਼ ਬੱਚਿਓ, ਇਹ ਨਾਮ ਤੁਸੀਂ ਯਾਦ ਰੱਖ ਲੈਣਾ। ਦੈਨ ਪ੍ਰਿੰਸੀਪਲਸ ਆਫ ਕੰਟੈਂਪਰੇਰੀ ਲਿਬਰਲਿਜ਼ਮ। ਸੋ ਸਟੂਡੈਂਟਸ, ਆਈ ਨੀਡ ਯੂਅਰ ਫੋਕਸ ਹੀਅਰ। ਅਸੀਂ ਕਲਾਸੀਕਲ ਉਧਾਰਵਾਦ ਦੇ ਸਿਧਾਂਤ ਕੀਤੇ ਹਨ। ਸੋ ਜਿੱਥੇ ਜਿੱਥੇ ਇਹਨਾਂ ਵਿੱਚ ਕੋਈ 4 ਕੁ ਸਿਧਾਂਤ ਹਨ ਜਿੱਥੇ ਕਲਾਸੀਕਲ ਲਿਬਰਲਿਜ਼ਮ ਅਤੇ ਮਾਡਰਨ ਲਿਬਰਲਿਜ਼ਮ ਦੇ ਵਿੱਚ ਫਰਕ ਹੈ, ਸੋ ਉੱਥੇ ਅਸੀਂ ਥੋੜ੍ਹੇ ਜ਼ਿਆਦਾ ਫੋਕਸ ਹੋਵਾਂਗੇ ਕਿ ਤੁਹਾਨੂੰ ਨਾਲ ਦੀ ਨਾਲ ਡਿਫਰੈਂਸ ਵੀ ਪਤਾ ਲੱਗ ਜਾਵੇ। ਸੋ ਇਹਨਾਂ ਦਾ ਪਹਿਲਾ ਸਿਧਾਂਤ ਹੈ ਫੇਥ ਇਨ ਹਿਊਮਨਿਜ਼ਮ, ਮਾਨਵਵਾਦ ਵਿੱਚ ਵਿਸ਼ਵਾਸ। ਸਮਕਾਲੀ ਉਧਾਰਵਾਦੀ ਮਾਨਵਵਾਦ ਦੇ ਉਪਾਸਕ ਸਨ। ਉਹਨਾਂ ਦੇ ਅਨੁਸਾਰ ਮਨੁੱਖ ਦੀਆਂ ਕਦਰਾਂ ਕੀਮਤਾਂ ਜਿਵੇਂ ਨਿਆਂ, ਸੁਤੰਤਰਤਾ, ਸਮਾਨਤਾ, ਭਾਈਚਾਰਾ ਅਤੇ ਉਸ ਦੇ ਗੌਰਵ ਦੇ ਵਿੱਚ ਇਹ ਵਿਸ਼ਵਾਸ ਰੱਖਦੇ ਹਨ। ਉਹਨਾਂ ਦੇ ਅਨੁਸਾਰ ਮਨੁੱਖ ਪਰਮਾਤਮਾ ਦੀ ਇੱਕ ਜਿਉਂਦੀ ਜਾਗਦੀ ਮੂਰਤ ਹੈ, ਇਹ ਕੋਈ ਪੁਰਜਾ ਨਹੀਂ ਹੈ, ਇਹ ਕੋਈ ਵਸਤੂ ਨਹੀਂ ਹੈ। ਇਸ ਲਈ ਉਹਨਾਂ ਨੇ ਮਾਨਵਵਾਦ ਦਾ ਸਿਧਾਂਤ ਦਿੱਤਾ, ਉਸ ਦੇ ਵਿੱਚ ਵਿਸ਼ਵਾਸ ਕੀਤਾ। ਸੋ ਇੱਥੇ ਕਲਾਸੀਕਲ ਲਿਬਰਲਿਜ਼ਮ ਦਾ ਵੀ ਸੇਮ ਸਿਧਾਂਤ ਆ ਜਾਂਦਾ ਹੈ ਅਤੇ ਸਮਕਾਲੀ ਉਧਾਰਵਾਦ ਦਾ ਵੀ ਸੇਮ ਆ ਜਾਂਦਾ ਹੈ। ਸਟੇਟ ਇਜ਼ ਐਨ ਇੰਸਟੀਟਿਊਸ਼ਨ ਆਫ ਸੋਸ਼ਲ ਵੈਲਫੇਅਰ। ਸਟੂਡੈਂਟਸ, ਇੱਥੇ ਮੈਂ ਥੋੜ੍ਹਾ ਰੁਕਣਾ ਚਾਹੁੰਦੀ ਹਾਂ ਕਿ ਪਹਿਲਾਂ ਕਲਾਸੀਕਲ ਉਧਾਰਵਾਦੀ ਕਹਿੰਦੇ ਸੀ ਕਿ ਸਟੇਟ ਇਜ਼ ਐਨ ਆਰਟੀਫਿਸ਼ਲ ਇੰਸਟੀਟਿਊਸ਼ਨ, ਸਟੇਟ ਜਿਹੜੀ ਹੈ ਉਹ ਬਨਾਵਟੀ ਸੰਸਥਾ ਹੈ। ਪਰ ਮਾਡਰਨ ਲਿਬਰਲਿਸਟ ਨੇ ਕੀ ਕਿਹਾ ਕਿ ਨੋ, ਰਾਜ ਇੱਕ ਸਮਾਜਿਕ ਕਲਿਆਣ ਦੀ ਸੰਸਥਾ ਹੈ, ਮਨੁੱਖ ਦਾ ਕਲਿਆਣ ਰਾਜ ਵਿੱਚ ਰਹਿ ਕੇ ਹੀ ਸੰਭਵ ਹੈ। ਰਾਜ ਹੀ ਸੋਚਦਾ ਹੈ ਕਿ ਇਨਸਾਨ ਦੇ ਹਿੱਤਾਂ ਵਾਸਤੇ ਕੀ ਜ਼ਰੂਰੀ ਹੈ, ਉਸ ਨੂੰ ਵੱਧ ਤੋਂ ਵੱਧ ਖੁਸ਼ੀ ਪ੍ਰਦਾਨ ਕਰਦਾ ਹੈ, ਉਸ ਦੀਆਂ ਲੋੜਾਂ ਨੂੰ ਪੂਰੀਆਂ ਕਰਦਾ। ਸਟੂਡੈਂਟਸ, ਇਸ ਦੀ ਜਿਉਂਦੀ ਜਾਗਦੀ ਐਗਜ਼ਾਮਪਲ ਅੱਜ ਹੈ ਕਿ ਕੋਵਿਡ-19 ਫੈਲਿਆ ਹੋਇਆ ਹੈ ਵਰਲਡ ਲੈਵਲ 'ਤੇ, ਅਤੇ ਜਿਹੜੇ ਸਾਡੇ ਸਿਟੀਜ਼ਨਸ ਬਾਹਰਲੇ ਦੇਸ਼ਾਂ 'ਚ ਗਏ ਹਨ, ਅੱਜ ਸਾਡਾ ਰਾਜ ਹੀ ਉਹਨਾਂ ਨੂੰ ਵਾਪਸ ਲਿਆਉਣ ਦੇ ਪ੍ਰਬੰਧ ਕਰ ਰਿਹਾ ਹੈ। ਔਰ ਇਸੇ ਤਰ੍ਹਾਂ ਜਿਹੜੇ ਵਿਦੇਸ਼ੀ ਇੱਥੇ ਫਸੇ ਹਨ ਅਤੇ ਉਹ ਜਿਹੜੇ ਦੇਸ਼ਾਂ ਦੇ ਨਾਗਰਿਕ ਹਨ, ਉਹ ਦੇਸ਼ ਉਹਨਾਂ ਨੂੰ ਵਾਪਸ ਲੈ ਕੇ ਜਾ ਰਹੇ ਹਨ। ਸੋ ਇਹਨਾਂ ਨੇ ਕਿਹਾ ਕਿ ਰਾਜ ਇੱਕ ਸਮਾਜਿਕ ਕਲਿਆਣ ਦੀ ਸੰਸਥਾ ਹੈ ਜਿਹੜੀ ਹਮੇਸ਼ਾ ਮਨੁੱਖਾਂ ਦਾ ਭਲਾ ਕਰਦੀ ਹੈ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੀ ਹੈ, ਉਹਨਾਂ ਲਈ ਚੰਗਾ ਸੋਚਦੀ ਹੈ। ਇਸ ਲਈ ਮਨੁੱਖ ਦਾ ਕਲਿਆਣ ਜਿਹੜਾ ਹੈ ਉਹ ਰਾਜ ਵਿੱਚ ਹੀ ਸੰਭਵ ਹੈ। ਇਸ ਲਈ ਇਹਨਾਂ ਨੇ ਬਿਲਕੁਲ ਉਲਟ ਸਿਧਾਂਤ ਦਿੱਤਾ ਕਲਾਸੀਕਲ ਲਿਬਰਲਿਸਟ ਦੇ। ਨੈਕਸਟ ਹੈ ਫੇਥ ਇਨ ਪਲੂਰਲਿਸਟਿਕ ਸੁਸਾਇਟੀ, ਬਹੁਵਾਦੀ ਸਮਾਜ ਵਿੱਚ ਵਿਸ਼ਵਾਸ। ਦੋਨੋਂ ਹੀ ਕਲਾਸੀਕਲ ਅਤੇ ਮਾਡਰਨ ਲਿਬਰਲਿਸਟ ਕਹਿੰਦੇ ਹਨ ਕਿ ਜਿਹੜਾ ਸਮਾਜ ਹੈ ਉਹ ਇੱਕ ਹੀ ਤਰ੍ਹਾਂ ਦੇ ਮਨੁੱਖਾਂ ਦਾ ਨਹੀਂ ਬਣਿਆ, ਸਮਾਜ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਪ੍ਰਾਣੀ ਹਨ, ਜਾਤਾਂ ਵਾਲੇ, ਅਲੱਗ ਅਲੱਗ ਪਾਤਾਂ, ਧਰਮਾਂ ਵਾਲੇ, ਭਾਸ਼ਾਵਾਂ ਵਾਲੇ, ਰੰਗ ਰੂਪ, ਨਸਲ ਵਾਲੇ। ਸੋ
ਸਮਾਜ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਾਤਾਂ ਹਨ ਅਤੇ ਉਹਨਾਂ ਨੂੰ ਇਕੁਅਲ ਸਮਾਨਤਾ ਦੇਣੀ ਚਾਹੀਦੀ ਹੈ। ਦੇਅਰ ਸ਼ੁੱਡ ਬੀ ਨੋ ਡਿਸਕ੍ਰੀਮੀਨੇਸ਼ਨ ਔਨ ਦਾ ਬੇਸਿਸ ਆਫ ਕਾਸਟ ਕਲਰ ਔਰ ਕ੍ਰੀਡ, ਆਲ ਆਰ ਇਕੁਅਲ ਟ੍ਰੀਟਡ। ਲਈ ਸਾਰਿਆਂ ਨੂੰ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ ਹਨ ਅਤੇ ਉਹ ਦੋਨੋਂ ਹੀ ਇਹ ਸਿਧਾਂਤ ਮੰਨ ਕੇ ਚੱਲਦੇ ਹਨ ਕਿ ਸਮਾਜ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਲੋਕ ਹਨ, ਅਲੱਗ ਅਲੱਗ ਭਾਸ਼ਾਵਾਂ ਬੋਲਣ ਵਾਲੇ, ਅਲੱਗ ਅਲੱਗ ਧਰਮਾਂ ਨੂੰ ਮੰਨਣ ਵਾਲੇ, ਅਲੱਗ ਰੰਗ ਰੂਪ ਵਾਲੇ ਲੋਕ ਜਿਹੜੇ ਹਨ ਉਹ ਰਹਿੰਦੇ ਹਨ। ਦੈਨ ਓਪੋਜੀਸ਼ਨ ਟੂ ਓਪਨ ਕੰਪੀਟੀਸ਼ਨ ਐਂਡ ਫਿਕਸ ਫਰੀ ਟ੍ਰੇਡ। ਸਟੂਡੈਂਟਸ, ਆਈ ਨੀਡ ਯੂਅਰ ਫੋਕਸ ਹੀਅਰ। ਖੁੱਲ੍ਹੇ ਮੁਕਾਬਲੇ ਅਤੇ ਸੁਤੰਤਰ ਵਪਾਰ ਦਾ ਵਿਰੋਧ। ਕਿਹਨਾਂ ਨੇ ਖੁੱਲ੍ਹਾ ਮੁਕਾਬਲਾ ਦਿੱਤਾ ਸੀ? ਪਰੰਪਰਾਵਾਦੀ, ਉਧਾਰਵਾਦੀਆਂ ਨੇ। ਉਹ ਕਹਿੰਦੇ ਸੀ ਕਿ ਮਨੁੱਖ ਨੂੰ ਖੁੱਲ੍ਹਾ ਛੱਡ ਦਿਓ, ਮੁਕਤ ਕਰ ਦਿਓ, ਲੈਸ ਇਜ਼ ਫੇਅਰ ਦੀ ਪਾਲਿਸੀ। ਪਰ ਸਮਕਾਲੀ ਉਧਾਰਵਾਦੀਆਂ ਨੇ ਇਸ ਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਜਿਹੜੀ ਅਕੋਸਟੇਟ ਹੈ ਉਹਨੂੰ ਇਹਦੇ ਵਿੱਚ ਰੋਲ ਪਲੇ ਕਰਨਾ ਚਾਹੀਦਾ ਹੈ ਕਿ ਉਹ ਸਾਰੇ ਵਿਅਕਤੀਆਂ ਦੇ ਹਿੱਤਾਂ ਦੀ ਰਾਖੀ ਕਰੇ, ਇਹੋ ਜਿਹੀ ਅਰਥ ਵਿਵਸਥਾ ਬਣਾਵੇ ਕਿ ਜਿਹਦੇ ਨਾਲ ਸਭ ਦਾ ਭਲਾ ਹੋਵੇ। ਜਦੋਂ ਪਰੰਪਰਾਵਾਦੀ ਉਧਾਰਵਾਦੀਆਂ ਨੇ ਇਹ ਖੁੱਲ੍ਹੇ ਮੁਕਾਬਲੇ ਦਾ ਸਿਧਾਂਤ ਦਿੱਤਾ ਸੀ ਅਤੇ ਉਹਦੇ ਬੈਡ ਇੰਪੈਕਟ ਕੀ ਹੋਏ ਕਿ ਪੂੰਜੀਪਤੀਆਂ ਨੇ ਗਰੀਬਾਂ ਦੀ ਬਹੁਤ ਲੁੱਟ ਖਸੱਟ ਕੀਤੀ, ਮਜ਼ਦੂਰਾਂ ਕੋਲੋਂ 18-18 ਘੰਟੇ ਕੰਮ ਕਰਾਇਆ ਜਾਂਦਾ ਸੀ ਔਰ ਬੜੀਆਂ ਘੱਟ ਵੇਜਿਸ ਦਿੱਤੀਆਂ ਜਾਂਦੀਆਂ ਸੀ। ਜਿਹਦਾ ਰਿਜ਼ਲਟ ਇਹ ਹੋਇਆ ਕਿ ਇਸ ਸਿਧਾਂਤ ਵਿੱਚ ਚੇਂਜ ਆਈ ਅਤੇ ਇਹਨਾਂ ਨੇ ਖੁੱਲ੍ਹੇ ਮੁਕਾਬਲੇ ਅਤੇ ਸੁਤੰਤਰ ਵਪਾਰ ਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਜਿਹੜੀ ਰਾਜ ਹੈ ਉਹਨੂੰ ਭੂਮਿਕਾ ਨਿਭਾਉਣੀ ਚਾਹੀਦੀ ਹੈ, ਆਪਣੀ ਅਰਥ ਵਿਵਸਥਾ ਜਿਹੜੀ ਹੈਗੀ ਉਹਦੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਇੱਥੇ ਰਾਜ ਦਾ ਕੰਟਰੋਲ ਚਾਹੀਦਾ ਹੈ। ਸਟੂਡੈਂਟਸ, ਨੈਕਸਟ ਵੱਧਦੇ ਹਾਂ। ਸਟੇਟ ਇਜ਼ ਏ ਸੋਸ਼ਲ ਐਂਡ ਮੋਰਲ ਇੰਸਟੀਟਿਊਸ਼ਨ। ਰਾਜ ਸਮਾਜਿਕ ਅਤੇ ਨੈਤਿਕ ਸੰਸਥਾ ਹੈ। ਇਹ ਕਿਹਨਾਂ ਨੇ ਕਿਹਾ? ਸਮਕਾਲੀ ਉਧਾਰਵਾਦੀ। ਸਮਕਾਲੀ ਉਧਾਰਵਾਦੀ ਕਹਿੰਦੇ ਹਨ ਕਿ ਰਾਜ ਦੇ ਵਿੱਚ ਰਹਿ ਕੇ ਹੀ ਵਿਅਕਤੀ ਦਾ ਨੈਤਿਕ ਅਤੇ ਸਮਾਜਿਕ ਵਿਕਾਸ ਹੋ ਸਕਦਾ ਹੈ, ਉਹਦੇ ਵਿੱਚ ਰਹਿ ਕੇ ਹੀ ਆਪਣੀ ਡਿਵੈਲਪਮੈਂਟ ਕਰ ਸਕਦਾ ਹੈ। ਦੇਖੋ ਸਟੂਡੈਂਟਸ, ਬਿਲਕੁਲ ਠੀਕ ਹੈ, ਅੱਜ ਕੱਲ੍ਹ ਸਟੇਟਸ ਹੈ ਔਰ ਸਟੇਟ ਨੂੰ ਇਹ ਪਤਾ ਹੈ ਕਿ ਕਾਲਜ ਚਾਹੀਦੇ, ਯੂਨੀਵਰਸਿਟੀਜ਼ ਚਾਹੀਦੀਆਂ, ਹੋਸਪਿਟਲ ਚਾਹੀਦੇ, ਹੋਰ ਫੈਸਿਲਿਟੀਜ਼ ਚਾਹੀਦੀਆਂ ਤਾਂ ਕਿ ਉਹਦੇ ਨਾਗਰਿਕਾਂ ਦਾ ਵਿਕਾਸ ਹੋ ਸਕੇ, ਉਹਨਾਂ ਦੀਆਂ ਲੋੜਾਂ ਪੂਰੀਆਂ ਹੋ ਸਕਣ, ਉਹ ਐਜੂਕੇਸ਼ਨ ਲੈਣਗੇ ਅਤੇ ਉਹਨਾਂ ਦੀ ਡਿਵੈਲਪਮੈਂਟ ਹੋਏਗੀ। ਕੀ ਕੋਈ ਪ੍ਰਾਈਵੇਟ ਸੰਸਥਾ ਅੱਗੇ ਆਉਂਦੀ ਹੈ? ਦੂਸਰਾ, ਇਹਦੀ ਜਿਉਂਦੀ ਜਾਗਦੀ ਅੱਜ ਦੀ ਇਗਜ਼ੈਂਪਲ ਹੈ ਕਿ ਸਟੇਟ ਹੀ ਜ਼ਿੰਮੇਵਾਰੀ ਲੈ ਰਹੀ ਹੈ ਕਿ ਉਹਨੇ ਆਪਣੇ ਨਾਗਰਿਕਾਂ ਨੂੰ ਕਿੰਜ ਬਚਾਉਣਾ ਹੈ। ਕਰਫਿਊ ਲਗਾ ਕੇ ਤਾਂ ਆਪਾਂ ਨੂੰ ਰੱਖਿਆ ਗਿਆ ਹੈ ਤਾਂ ਕਿ ਅਸੀਂ ਇਸ ਪੈਂਡੈਮਿਕ ਤੋਂ ਬਚ ਸਕੀਏ। ਕਿ ਅੱਜ ਪ੍ਰਾਈਵੇਟ ਹੋਸਪਿਟਲ ਜਿਹੜੇ ਸੀ ਉਹਨਾਂ ਨੇ ਤਾਂ ਸ਼ਟ ਡਾਊਨ ਕਰ ਲਿਆ ਆਪਣੇ ਆਪ ਨੂੰ, ਪਰ ਸਾਡੇ ਲਈ ਕੌਣ ਕੰਮ ਕਰ ਰਿਹਾ ਹੈ? ਗਵਰਨਮੈਂਟ ਹੋਸਪਿਟਲਸ, ਰਾਜ ਕੰਮ ਕਰ ਰਿਹਾ ਹੈ। ਸੋ ਇਹਨਾਂ ਨੇ ਨਵਾਂ ਸਿਧਾਂਤ ਦਿੱਤਾ ਜਿਹੜਾ ਕਿ ਕਲਾਸੀਕਲ ਲਿਬਰਲਿਸਟ ਦੇ ਬਿਲਕੁਲ ਉਲਟ ਹੈ। ਇਹਨਾਂ ਕਿਹਾ ਕਿ ਰਾਜ ਸਮਾਜਿਕ ਅਤੇ ਨੈਤਿਕ ਸੰਸਥਾ ਹੈ, ਸਿਰਫ ਰਾਜ ਵਿੱਚ ਰਹਿ ਕੇ ਹੀ ਮਨੁੱਖ ਦਾ ਭਲਾ ਹੋ ਸਕਦਾ ਹੈ, ਮਨੁੱਖ ਦਾ ਕਲਿਆਣ ਹੋ ਸਕਦਾ ਹੈ ਅਤੇ ਉਸ ਦੀਆਂ ਜਿਹੜੀਆਂ ਲੋੜਾਂ ਹਨ ਉਹ ਪੂਰੀਆਂ ਹੋ ਸਕਦੀਆਂ ਹਨ। ਅੱਗੇ ਵੱਧਦੇ ਹਾਂ ਸਟੂਡੈਂਟਸ। ਫਰੀਡਮਸ ਆਰ ਨਾਟ ਅਨਲਿਮਿਟਡ। ਸੁਤੰਤਰਤਾਵਾਂ ਅਸੀਮਿਤ ਨਹੀਂ ਹਨ। ਆਈ ਨੀਡ ਯੂਅਰ ਫੋਕਸ ਹੀਅਰ ਟੂ। ਇੱਥੇ ਵੀ ਦੋਨਾਂ ਵਿੱਚ ਮਤਭੇਦ ਹਨ। ਕਲਾਸੀਕਲ ਲਿਬਰਲਿਜ਼ਮ ਨੇ ਕਿਹਾ ਕਿ ਸੁਤੰਤਰਤਾਵਾਂ ਅਸੀਮਤ ਹਨ, ਫ੍ਰੀ ਛੱਡ ਦਿਉ। ਉਸ ਟਾਈਮ 'ਤੇ ਉਹਨਾਂ ਦਾ ਸਿਧਾਂਤ ਸਹੀ ਸੀ ਕਿ ਲੋਕ ਜਿਹੜੇ ਵਿਅਕਤੀ ਸੀ ਉਹਨਾਂ ਨੂੰ ਕੋਈ ਸੁਤੰਤਰਤਾ ਨਹੀਂ ਸੀ ਅਤੇ ਉਹਨਾਂ ਨੇ ਕਿਹਾ ਕਿ ਨਹੀਂ, ਮਨੁੱਖ ਨੂੰ ਸੁਤੰਤਰਤਾ ਚਾਹੀਦੀ ਹੈ। ਪਰ ਮਾਡਰਨ ਲਿਬਰਲਿਸਟ ਆਏ, ਇਸ ਸਿਧਾਂਤ 'ਚ ਕੀ ਸੁਧਾਰ ਹੈ ਕਿ ਸੁਤੰਤਰਤਾਵਾਂ ਅਸੀਮਤ ਨਹੀਂ ਹੋ ਸਕਦੀਆਂ, ਇਸ ਤੋਂ ਇਹਦੇ ਨਾਲ ਅਰਾਜਕਤਾ ਫੈਲ ਜਾਏਗੀ। ਸਟੂਡੈਂਟਸ, ਵੈਰੀ ਸਿੰਪਲ, ਮੈਂ ਸਟੂਡੈਂਟਸ ਨੂੰ ਤੁਹਾਨੂੰ ਕਹਿ ਦਿੰਦੀ ਹਾਂ
ਕਿ ਸਕੂਲ ਆਉਣਾ ਹੈ, ਪਰ ਜਿਹਦੀ ਮਰਜ਼ੀ ਹੈ ਕਲਾਸ ਲਗਾਇਓ, ਜਿਹਦਾ ਨਹੀਂ ਦਿਲ ਕਰਦਾ ਨਾ ਕਲਾਸ ਲਾਓ। ਕਿ ਇਹਦੇ ਨਾਲ ਸਾਡਾ ਐਜੂਕੇਸ਼ਨ ਸਿਸਟਮ ਵਧੀਆ ਚੱਲ ਸਕਦਾ ਹੈ? ਆਪਾਂ ਡਿਸਿਪਲਿਨ ਦੇ ਵਿੱਚ ਰਹਿ ਕੇ ਹੀ ਕੋਈ ਕੰਮ ਕਰ ਸਕਦੇ ਹਾਂ ਨਾ? ਸੋ ਇਹਨਾਂ ਨੇ ਕਿਹਾ ਕਿ ਸੁਤੰਤਰਤਾਵਾਂ ਜਿਹੜੀਆਂ ਹਨ ਉਹ ਅਸੀਮਿਤ ਨਹੀਂ ਹੋ ਸਕਦੀਆਂ, ਇਹਦੇ ਨਾਲ ਸਮਾਜ ਦਾ ਵਿਕਾਸ ਨਹੀਂ ਹੋ ਸਕਦਾ, ਕਿਉਂਕਿ ਅਰਾਜਕਤਾ ਫੈਲ ਜਾਏਗੀ, ਡਿਸਿਪਲਿਨ ਨਹੀਂ ਰਹੇਗਾ ਅਤੇ ਕੰਮ ਕਿਸ ਤਰ੍ਹਾਂ ਹੋਣਗੇ। ਸੋ ਇਹਨਾਂ ਨੇ ਕਿਹਾ ਕਿ ਸੁਤੰਤਰਤਾਵਾਂ, ਕਿਹਨਾਂ ਨੇ ਕਿਹਾ, ਸਮਕਾਲੀ ਉਧਾਰਵਾਦੀਆਂ ਨੇ ਕਿਹਾ ਕਿ ਸੁਤੰਤਰਤਾਵਾਂ ਅਸੀਮਿਤ ਨਹੀਂ ਹਨ। ਰੈਗੂਲੇਟਡ ਇਕੋਨੋਮੀ, ਇੱਥੇ ਉਹਨਾਂ ਨੇ ਕਿਹਾ ਕਿ ਨਿਯਮਤ ਅਰਥ ਵਿਵਸਥਾ ਚਾਹੀਦੀ ਹੈ। ਸਮਕਾਲੀ ਉਧਾਰਵਾਦੀ ਕਹਿੰਦੇ ਹਨ ਕਿ ਰਾਜ ਨੂੰ ਅਰਥ ਵਿਵਸਥਾ ਖੁਦ ਨਿਸ਼ਚਿਤ ਕਰਨੀ ਚਾਹੀਦੀ ਹੈ, ਜਿਸ ਦੇ ਨਾਲ ਉਹ ਰਾਜ ਵਿੱਚ ਰਹਿੰਦੇ ਹਰ ਨਾਗਰਿਕ ਦੇ ਵਿਕਾਸ ਨੂੰ ਹਿੱਤ ਵਿੱਚ ਰੱਖ ਕੇ ਅਤੇ ਕੰਮ ਕਰੇ। ਇਹਨਾਂ ਨੇ ਇਹ ਸਿਧਾਂਤ ਪਰੰਪਰਾਵਾਦੀ ਉਧਾਰਵਾਦੀਆਂ ਦੇ ਉਲਟ ਦਿੱਤਾ, ਜਿਨ੍ਹਾਂ ਨੇ ਫਰੀ ਇਕੋਨੋਮੀ ਦਾ ਕੋਨਸੈਪਟ ਦਿੱਤਾ ਸੀ, ਇਕਨੋਮਿਕ ਸੁਤੰਤਰਤਾ ਦਾ ਦਿੱਤਾ ਸੀ। ਇਹਨਾਂ ਨੇ ਕਿਹਾ ਕਿ ਨਿਯਮਤ ਅਰਥ ਵਿਵਸਥਾ ਚਾਹੀਦੀ ਹੈ, ਕਿਉਂਕਿ ਜੇ ਇਹ ਨਿਯਮਤ ਨਹੀਂ ਹੋਏਗੀ ਤਾਂ ਜਿਹੜੀ ਅਮੀਰੀ ਅਤੇ ਗਰੀਬੀ ਦਾ ਪਾੜਾ ਜਿਹੜਾ ਹੈ ਵੱਜੇਗਾ, ਕਿਉਂਕਿ ਜਿਹੜਾ ਹਮੇਸ਼ਾ ਹੀ ਪ੍ਰਾਈਵੇਟ ਸੈਕਟਰ ਹੁੰਦਾ ਹੈ, ਇਹ ਆਪਣੇ ਪ੍ਰੋਫਿਟ ਬੇਸਡ ਹੁੰਦਾ ਹੈ, ਇਹ ਸਭ ਦਾ ਭਲਾ ਨਹੀਂ ਚਾਹੁੰਦਾ। ਇਸ ਕਰਕੇ ਇਹਨਾਂ ਕਿਹਾ ਕਿ ਰਾਜ ਨੂੰ ਅੱਗੇ ਆ ਕੇ ਨਿਯਮ ਬਣਾਉਣੇ ਚਾਹੀਦੇ ਹਨ, ਔਰ ਇਹਦਾ ਹੀ ਰਿਜ਼ਲਟ ਹੈ ਕਿ ਅੱਜ ਦੇਸ਼ਾਂ ਦੇ ਵਿੱਚ ਕੰਮ ਕਰਨ ਦੇ ਘੰਟੇ ਬੱਚੇ ਉਹ ਨਿਸ਼ਚਿਤ ਕੀਤੇ ਗਏ ਹਨ, ਔਰ ਹਰ ਦੇਸ਼ ਦੇ ਵਿੱਚ ਮਿਨੀਮਮ ਵੇਜਿਸ ਹਨ ਕਿ ਇਸ ਤੋਂ ਘੱਟ ਦੇ ਉੱਤੇ ਕੰਮ ਜਿਹੜਾ ਹੈ, ਮਜ਼ਦੂਰੀ ਜਿਹੜੀ ਹੈ ਉਹ ਨਹੀਂ ਦਿੱਤੀ ਜਾਏਗੀ। ਸੋ ਇਹ ਨਿਯਮਤ ਅਰਥ ਵਿਵਸਥਾ ਰੈਗੂਲੇਟਡ ਇਕੋਨੋਮੀ ਦਾ ਸਿੱਟਾ ਹੀ ਹੈ ਕਿ ਅੱਜ ਮਜ਼ਦੂਰ ਜਿਹੜੇ ਹਨ ਉਹਨਾਂ ਨੂੰ ਫਿਕਸ ਆਰਸ ਦੇ ਵਿੱਚ ਕੰਮ ਕਰਦੇ ਹਨ, ਉਹਨਾਂ ਕੋਲ ਉਹਨਾਂ ਦੀ ਲੁੱਟ ਖਸੁੱਟ ਜਿਹੜੀ ਹੈ ਉਹ ਬੰਦ ਹੋ ਗਈ ਹੈ, ਔਰ ਮਿਨੀਮਮ ਵੇਜਿਸ ਵੀ ਫਿਕਸ ਕੀਤੀਆਂ ਗਈਆਂ ਹਨ। ਅੱਗੇ ਵੱਧਦੇ ਹਾਂ। ਓਪੋਜੀਸ਼ਨ ਟੂ ਦਾ ਥਿਊਰੀ ਆਫ ਨੈਚੁਰਲ ਰਾਈਟਸ, ਨੈਚੁਰਲ ਰਾਈਟਸ ਦਾ ਸਿਧਾਂਤ ਕਿਹਨਾਂ ਨੇ ਦਿੱਤਾ ਸੀ? ਆਈ ਨੀਡ ਯੂਅਰ ਫੋਕਸ ਹੀਅਰ ਸਟੂਡੈਂਟਸ। ਜੌਨ ਲੌਕ ਜੀ ਅਤੇ ਰੂਸੋ ਜੀ ਨੇ ਕਿਹਾ ਸੀ ਕਿ ਅਧਿਕਾਰ ਜਿਹੜੇ ਹਨ ਉਹ ਕੁਦਰਤੀ ਹਨ, ਪਰ ਮਾਡਰਨ ਲਿਬਰਲਿਸਟ ਜਿਹੜੇ, ਮਤਲਬ ਕਲਾਸੀਕਲ ਲਿਬਰਲਿਸਟ ਕਹਿੰਦੇ ਨੇ ਕਿ ਅਧਿਕਾਰ ਜਿਹੜੇ ਹਨ ਕੁਦਰਤੀ ਹਨ, ਰਾਜ ਦਾ ਇਹਦੇ 'ਚ ਕੋਈ ਰੋਲ ਨਹੀਂ ਆ। ਬਟ ਮਾਡਰਨ ਲਿਬਰਲਿਸਟ ਕਹਿੰਦੇ ਹਨ ਕਿ ਅਧਿਕਾਰ ਕੁਦਰਤੀ ਨਹੀਂ ਹਨ, ਅਧਿਕਾਰ ਰਾਜ ਦਿੰਦਾ ਹੈ, ਰਾਜ ਹੀ ਇਹਨਾਂ ਨੂੰ ਮਾਨਤਾ ਦਿੰਦਾ ਹੈ, ਔਰ ਰਾਜ ਹੀ ਇਹ ਸੋਚਦਾ ਹੈ ਕਿ ਕਿਹੜੇ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ। ਸਟੂਡੈਂਟਸ ਦੇਖੋ, ਅਸੀਂ ਇੰਡੀਆ 'ਚ ਰਹਿੰਦੇ ਹਾਂ ਔਰ ਸਾਨੂੰ ਫੰਡਾਮੈਂਟਲ ਰਾਈਟਸ ਮਿਲੇ ਹੋਏ ਹਨ, 6 ਫੰਡਾਮੈਂਟਲ ਰਾਈਟਸ ਹਨ, ਜਿਹੜੇ ਕਿ ਜਿਨ੍ਹਾਂ ਦੇ ਪਿੱਛੇ ਜਿਹੜੇ ਕਿ ਕਾਨੂੰਨੀ ਹਨ, ਜੇ ਸਾਡੀ ਕੋਈ ਲੁੱਟ ਖਸੁੱਟ ਹੁੰਦੀ ਹੈ ਤਾਂ ਅਸੀਂ ਕੋਰਟ ਦਾ ਦਰਵਾਜ਼ਾ ਖੜਕਾ ਸਕਦੇ ਹਾਂ, ਜਸਟੀਸੀਏਬਲ ਹਨ। ਇਸੇ ਤਰ੍ਹਾਂ ਅਮੈਰੀਕਾ ਦੇ ਵਿੱਚ ਵੀ ਨਾਗਰਿਕਾਂ ਨੂੰ ਅਧਿਕਾਰ ਹੈ, ਹੋਰ ਦੇਸ਼ਾਂ 'ਚ ਵੀ ਹੋਣਗੇ। ਸੋ ਇਹਨਾਂ ਨੇ ਡਟ ਕੇ ਇਹਦਾ ਫੇਵਰ ਕੀਤਾ ਕਿ ਅਧਿਕਾਰ ਜਿਹੜੇ ਨੇ ਉਹ ਰਾਜ ਵਿੱਚ ਰਹਿ ਕੇ ਹੀ ਮਾਣੇ ਜਾ ਸਕਦੇ ਹਨ, ਰਾਜ ਹੀ ਇਹਨਾਂ ਨੂੰ ਮਾਨਤਾ ਦਿੰਦਾ ਹੈ ਅਤੇ ਇਹ ਕੁਦਰਤੀ ਨਹੀਂ ਹਨ। ਨੈਕਸਟ, ਰੀਪ੍ਰੀਜੈਂਟੇਟਿਵ ਇੰਸਟੀਟਿਊਸ਼ਨਸ, ਪ੍ਰਤੀਨਿਧਾਤਮਿਕ ਸੰਸਥਾਵਾਂ ਦੇ ਸਮਰਥਕ। ਦੋਨੋਂ ਹੀ ਉਧਾਰਵਾਦੀ, ਕਲਾਸੀਕਲ ਅਤੇ ਮਾਡਰਨ ਲਿਬਰਲਿਸਟ ਜਿਹੜੇ ਹਨ, ਉਹ ਪ੍ਰਤੀਨਿਧਾਤਮਿਕ ਸੰਸਥਾਵਾਂ ਦੇ ਸਮਰਥਕ ਹਨ। ਉਹਨਾਂ ਦੇ ਅਨੁਸਾਰ ਮਨੁੱਖ ਨੂੰ ਇਹ ਪੋਲੀਟੀਕਲ ਫਰੀਡਮ ਹੋਣੀ ਚਾਹੀਦੀ ਹੈ ਕਿ ਉਹ ਸਵੈ ਸ਼ਾਸਨ ਜਥੇਬੰਦੀਆਂ ਜਿਹੜੀਆਂ ਹਨ ਉਹਨਾਂ ਨੂੰ ਬਣਾ ਸਕਦਾ ਹੈ, ਆਪਣੇ ਨੁਮਾਇੰਦੇ ਚੁਣ ਸਕਦਾ ਹੈ, ਉਹ ਕਿਸੇ ਪੋਲੀਟੀਕਲ ਪਾਰਟੀ ਦਾ ਮੈਂਬਰ ਬਣਨਾ ਚਾਹੁੰਦਾ, ਕਿਸੇ ਹਿੱਤ ਗਰੁੱਪ ਦਾ ਮੈਂਬਰ ਬਣਨਾ ਚਾਹੁੰਦਾ, ਕਿਸੇ ਪ੍ਰੈਸ਼ਰ ਗਰੁੱਪ ਦਾ ਮੈਂਬਰ ਬਣਨਾ ਚਾਹੁੰਦਾ, ਉਹਨੂੰ ਇਹ ਹੱਕ ਹੋਣਾ ਚਾਹੀਦਾ। ਜਿਸ ਤਰ੍ਹਾਂ ਪਿੰਡਾਂ 'ਚ ਪੰਚਾਇਤੀ ਰਾਜ ਹੈ, ਅਤੇ ਇਹ ਕੋਨਸੈਪਟ ਵੀ ਨਿਕਲਿਆ ਕਿ ਸਵੈ ਸ਼ਾਸਨ
ਕਿ ਲੋਕਾਂ ਨੇ ਆਪਣੇ ਨੁਮਾਇੰਦੇ ਇੱਕ ਸਰਪੰਚ ਦੇ ਰੂਪ 'ਚ ਚੁਣਨੇ ਸ਼ੁਰੂ ਕੀਤੇ ਅਤੇ ਲੋਕਲ ਲੈਵਲ 'ਤੇ ਪ੍ਰੋਬਲਮਸ ਦਾ ਹੱਲ ਲੱਭਿਆ। ਸੋ ਇੱਥੇ ਇਹਨਾਂ ਨੇ ਇਨਸਾਨ ਨੂੰ ਆਜ਼ਾਦੀ ਦਿੱਤੀ ਕਿ ਆਪਣੇ ਟਰੱਸਟ ਬਣਾ ਸਕਦਾ, ਆਪਣੀਆਂ ਔਰਗੇਨਾਈਜੇਸ਼ਨ ਅਸਟੈਬਲਿਸ਼ ਕਰ ਸਕਦਾ, ਆਪਣੇ ਵਾਸਤੇ ਆਪਣੇ ਰੀਪ੍ਰਜੈਂਟੇਟਿਵ ਚੁਣ ਸਕਦਾ ਹੈ। ਦੈਨ 10th ਹੈ ਯੂਨੀਵਰਸਲ ਅਡਲਟ ਫਰੈਂਚਾਈਜ਼। ਮੈਨੂੰ ਆਸ ਕਰਦੀ ਹਾਂ ਸਟੂਡੈਂਟਸ ਕਿ ਤੁਸੀਂ ਇੱਥੇ ਬਹੁਤ ਲਿਖ ਸਕਦੇ ਹੋ। ਸੋ ਇਹਨਾਂ ਨੇ ਕਿਹਾ ਕਿ ਸਰਵਜਨਕ ਬਾਲਗ ਮਤ ਦਾ ਅਧਿਕਾਰ ਹੋਣਾ ਚਾਹੀਦਾ, ਮੀਨਸ ਕਿ ਪੋਲੀਟੀਕਲ ਰਾਈਟ ਹੋਣਾ ਚਾਹੀਦਾ ਹੈ ਕਿ ਮਨੁੱਖ ਜਿਹੜੇ ਹਨ ਉਹਨਾਂ ਨੂੰ ਆਪਣੇ ਨੁਮਾਇੰਦੇ ਆਪ ਚੁਣਨ ਦਾ ਹੱਕ ਹੋਵੇ। ਹਰ ਔਰਤ ਅਤੇ ਮਰਦ ਨੂੰ ਇਕੁਅਲ ਅਡਲਟ ਫਰੈਂਚਾਈਜ਼ ਦਾ ਰਾਈਟ ਦਿੱਤਾ ਜਾਣਾ ਚਾਹੀਦਾ। ਜਿਸ ਤਰ੍ਹਾਂ ਸਟੂਡੈਂਟ ਸਾਡੇ ਇੰਡੀਆ ਦੇ ਵਿੱਚ ਹੈ, ਅਸੀਂ ਜਦੋਂ 18 ਸਾਲ ਦੇ ਹੁੰਦੇ ਹਾਂ ਤਾਂ ਸਾਨੂੰ ਵੋਟ ਪਾਉਣ ਦਾ ਹੱਕ ਦਿੱਤਾ ਜਾਂਦਾ। ਔਰ ਇਹਨਾਂ ਨੇ ਇਸ ਧਾਰਨਾ ਦਾ ਡਟ ਕੇ ਸਮਰਥਨ ਕੀਤਾ ਕਿ ਇਹਦੇ ਨਾਲ ਲੱਗਦਾ ਹੈ ਵਿਅਕਤੀਆਂ ਨੂੰ ਕਿ ਉਹ ਰਾਜ ਦਾ ਮੈਂਬਰ ਹੈ, ਉਹ ਸਰਕਾਰ ਬਣਾਉਣ ਵਿੱਚ ਉਹਦੀ ਹਿੱਸੇਦਾਰੀ ਹੈ, ਉਹ ਆਪ ਚੂਜ਼ ਕਰ ਰਿਹਾ ਹੈ। ਸੋ ਇਹ ਅਡਲਟ ਫਰੈਂਚਾਈਜ਼ ਦੇ ਹਾਮੀ ਰਹੇ, ਇਹਨਾਂ ਨੇ ਸਿਧਾਂਤ ਦਿੱਤਾ। ਅਗੇਂਸਟ ਵਾਇਲੈਂਸ, ਦੋਨੋਂ ਹੀ ਲਿਬਰਲਿਸਟ ਐਂਡ ਕਲਾਸੀਕਲ ਹਿੰਸਾ ਦੇ ਵਿਰੋਧੀ ਹਨ। ਉਹਨਾਂ ਕਿਹਾ ਕਿ ਕੋਈ ਵੀ ਸਰਕਾਰ, ਕੋਈ ਵੀ ਚੇਂਜਿਸ ਕਰਨਾ ਚਾਹੁੰਦੇ ਹਾਂ ਉਹਦੇ ਲਈ ਡੈਮੋਕਰੇਟਿਕ ਵੇਜ਼ ਚਾਹੀਦੇ ਹਨ, ਹਿੰਸਾ ਬਿਲਕੁਲ ਨਹੀਂ ਚਾਹੀਦੀ, ਬਲੱਡਸ਼ੈੱਡ ਨਹੀਂ ਚਾਹੀਦਾ, ਹੜਤਾਲਾਂ ਨਹੀਂ ਹੋਣੀਆਂ ਚਾਹੀਦੀਆਂ, ਪੀਸਫੁਲੀ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਹੈ ਅਤੇ ਸ਼ਾਂਤੀਪੂਰਵਕ ਜਿਹੜੀਆਂ ਚੇਂਜਿਸ ਆ ਉਹ ਹੋਣੀਆਂ ਚਾਹੀਦੀਆਂ ਹਨ। ਸੋ ਦੋਨੋਂ ਹੀ ਹਿੰਸਾ ਦੇ ਵਿਰੁੱਧ ਰਹੇ ਹਨ। ਫੇਥ ਇਨ ਦਾ ਰੈਸ਼ਨੈਲਿਟੀ ਆਫ ਐਨ ਇੰਡੀਵਿਜੁਅਲ, ਵਿਅਕਤੀ ਦੀ ਵਿਵੇਕਸ਼ੀਲਤਾ ਵਿੱਚ ਵੀ ਵਿਸ਼ਵਾਸ। ਸਟੂਡੈਂਟਸ, ਵਿਵੇਕਸ਼ੀਲਤਾ ਕੀ ਹੁੰਦੀ ਹੈ? ਕਿ ਇਨਸਾਨ ਬਹੁਤ ਸਮਝਦਾਰ ਹੈ। ਦੋਨੋਂ ਹੀ ਕਲਾਸੀਕਲ ਅਤੇ ਮਾਡਰਨ ਲਿਬਰਲਿਸਟ ਮੰਨਦੇ ਹਨ ਕਿ ਮਨੁੱਖ ਬਹੁਤ ਸਮਝਦਾਰ ਹੈ, ਬਹੁਤ ਬੁੱਧੀਮਾਨ ਹੈ, ਉਹਦੇ ਕੋਲ ਵਿਵੇਕ ਬੁੱਧ ਹੈ, ਉਹਨੂੰ ਚੰਗੇ ਅਤੇ ਮਾੜੇ ਦੀ ਪਹਿਚਾਣ ਹੈ। ਇਸ ਕਰਕੇ ਉੱਤੇ ਅਨਡਿਊ ਪ੍ਰੈਸ਼ਰ ਨਹੀਂ ਪਾਉਣਾ, ਉਹਦੀ ਲਾਈਫ ਜ਼ਿਆਦਾ ਦਖਲਅੰਦਾਜ਼ੀ ਨਹੀਂ ਦੇਣੀ। ਉਹ ਸਮਝਦਾਰ ਹੈ ਤਾਂ ਹੀ ਉਹਨੂੰ ਆਪਣੇ ਰਾਈਟਸ ਦਾ ਪਤਾ ਹੈ ਅਤੇ ਉਹ ਰਾਜ ਵਿੱਚ ਰਹਿ ਕੇ ਉਹਨਾਂ ਨੂੰ ਮਾਣਦਾ ਹੈ। ਇਸ ਕਰਕੇ ਦੋਨੋਂ ਹੀ ਆਧਾਰਵਾਦੀ ਮਨੁੱਖ ਨੂੰ ਬਹੁਤ ਵਿਵੇਕਸ਼ੀਲ, ਬਹੁਤ ਸਮਝਦਾਰ, ਬੜਾ ਤਰਕਸ਼ੀਲ ਮੰਨਦੇ ਹਨ। ਫੇਦ ਇਨ ਸੈਕੂਲਰਿਜ਼ਮ 13, ਧਰਮ ਨਿਰਪੱਖਤਾ ਵਿੱਚ ਵਿਸ਼ਵਾਸ। ਇਟ ਮੀਨਸ ਕਿ ਰਿਲੀਜੀਅਸ ਫਰੀਡਮ ਇਜ਼ ਗ੍ਰਾਂਟਿਡ ਟੂ ਐਵਰੀ ਇੰਡੀਵਿਜੁਅਲ। ਸਟੂਡੈਂਟਸ, ਦੇਖੋ ਉਹਨਾਂ ਕਿਹਾ ਕਿ ਹਰ ਮਨੁੱਖ ਦਾ ਇਹ ਨਿੱਜੀ ਮਾਮਲਾ ਹੈ ਕਿ ਉਹਨੇ ਕਿਹੜਾ ਧਰਮ ਮੰਨਣਾ ਹੈ। ਸੋ ਉਹਨੂੰ ਬਿਲਕੁਲ ਫਰੀਡਮ ਹੈ, ਰਾਜ ਦਾ ਆਪਣਾ ਕੋਈ ਧਰਮ ਨਹੀਂ ਹੋਏਗਾ। ਇਸ ਕਰਕੇ ਜਿਸ ਤਰ੍ਹਾਂ ਅਸੀਂ ਇੰਡੀਆ ਦੇ ਵਿੱਚ ਰਹਿੰਦੇ ਹਾਂ, ਵੀ ਆਰ ਫਰੀ ਟੂ ਵਰਸ਼ਿਪ ਐਨੀ ਰਿਲੀਜਨ ਵੀ ਲਾਈਕ, ਵੀ ਵਾਂਟ ਟੂ ਵਰਸ਼ਿਪ। ਸਟੇਟ ਸਾਡੇ ਨੂੰ, ਸਾਨੂੰ ਫੋਰਸ ਨਹੀਂ ਕਰਦੀ ਕਿ ਤੁਸੀਂ ਆਹ ਹੀ ਧਰਮ ਮੰਨੋ, ਸਟੇਟ ਦਾ ਕੋਈ ਆਪਣਾ ਧਰਮ ਨਹੀਂ ਹੈ। ਸੋ ਇਹਨਾਂ ਨੇ ਰਿਲੀਜੀਅਸ ਫਰੀਡਮ ਦੇ ਵੀ ਇਹ ਹਾਮੀ ਰਹਿ, ਧਰਮ ਨਿਰਪੱਖਤਾ ਦਾ ਇਹਨਾਂ ਨੇ ਸਿਧਾਂਤ ਦਿੱਤਾ। ਰਿਸਪੈਕਟ ਆਫ ਡਿਸੈਂਟ, ਅਸਹਿਮਤੀ ਦਾ ਸਤਿਕਾਰ। ਇੱਥੇ ਵੀ ਮਾਡਰਨ ਲਿਬਰਲਿਸਟ ਐਂਡ ਕਲਾਸੀਕਲ ਲਿਬਰਲਿਸਟ ਇਹ ਕਹਿੰਦੇ ਹਨ ਕਿ ਅਸਹਿਮਤੀ ਦਾ ਸਤਿਕਾਰ ਹੋਣਾ ਚਾਹੀਦਾ ਹੈ। ਕਹਿੰਦੇ ਹਨ ਕਿ ਬੇਸ਼ੱਕ ਮੈਜੋਰਿਟੀ ਰੂਲ ਹੈ ਪਰ ਮਿਨੋਰਿਟੀਜ਼ ਨੂੰ ਵੀ ਸੁਣਨਾ। ਕਹਿੰਦੇ ਉਹਨਾਂ ਨੇ ਪਹਿਲਾਂ ਹੀ ਮੰਨ ਲਿਆ ਕਿ ਬਹੁਲਵਾਦੀ ਸਮਾਜ ਹੈ, ਉਹਦੇ ਵਿੱਚ ਅਲੱਗ ਅਲੱਗ ਲੋਕਾਂ ਦੇ ਵਿਚਾਰ ਹਨ, ਅਲੱਗ ਅਲੱਗ ਥਿੰਕਿੰਗ ਹੈ, ਇਸ ਕਰਕੇ ਹਰ ਇੱਕ ਨੂੰ ਮੌਕਾ ਦਿਓ। ਜਿਸ ਤਰ੍ਹਾਂ ਕਿ ਪੁਰਾਣੇ ਸਮੇਂ ਦੇ ਵਿੱਚ ਬਹੁਤ ਹੀ ਪਾਵਰਫੁੱਲ ਰਾਜੇ ਸੀ, ਕੋਈ ਧਾਰਮਿਕ ਸੁਤੰਤਰਤਾ ਹੀ ਨਹੀਂ ਸੀ ਹੈਗੀ, ਅਤੇ ਕੀ ਕਰਦੇ ਸੀ ਕਿ ਜ਼ਰਾ ਥੋਟ ਵਿੱਚ ਫਰਕ ਆਇਆ ਅਤੇ ਬੜੀਆਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਪਰ ਇਹਨਾਂ ਨੇ ਕਿਹਾ ਕਿ ਨਹੀਂ, ਹਰ ਮਨੁੱਖ ਜਿਹੜਾ ਹੈ ਉਹਨੂੰ ਡਿਵੈਲਪ ਹੋਣ ਦਾ ਚਾਂਸ ਮਿਲਣਾ ਚਾਹੀਦਾ ਹੈ। ਜ਼ਰੂਰੀ ਨਹੀਂ ਸਭ ਦੇ ਇੱਕੋ ਤਰ੍ਹਾਂ ਦੇ ਵਿਚਾਰ ਹੋਣ, ਜੇ ਵਿਚਾਰ ਅਲੱਗ ਵੀ ਹਨ ਤਾਂ ਉਹਦਾ ਆਦਰ ਸਤਿਕਾਰ ਹੋਣਾ ਚਾਹੀਦਾ, ਉਹਨੂੰ ਲਿਸਨ ਕਰਨਾ ਚਾਹੀਦਾ ਹੈ। ਸੋ ਇਹਨਾਂ ਨੇ ਅਸਹਿਮਤੀ ਦਾ ਸਤਿਕਾਰ ਕੀਤਾ ਅਤੇ ਇਹ ਸਿਧਾਂਤ
ਦਿੱਤਾ ਕਿ ਮਨੁੱਖ ਅਲੱਗ ਅਲੱਗ ਹਨ, ਉਹਨਾਂ ਦੇ ਵਿਚਾਰ ਅਲੱਗ ਹਨ, ਉਹਨਾਂ ਨੂੰ ਇਹ ਫਰੀਡਮ ਹੋਣੀ ਚਾਹੀਦੀ ਹੈ। ਡੈਮੋਕ੍ਰੇਟਿਕ ਕੰਟਰੀਜ਼ ਦੀ ਸੈਟਅਪ ਇੰਜ ਦੀ ਹੋਣੀ ਚਾਹੀਦੀ ਕਿ ਉਹਨਾਂ ਨੂੰ ਆਲੋਚਨਾ ਕਰਨ ਦਾ ਹੱਕ ਹੈ, ਉਹਨਾਂ ਦਾ ਰਾਈਟ ਹੈ। ਜੇ ਉਹਨਾਂ ਨੂੰ ਕੋਈ ਚੀਜ਼ ਨਹੀਂ ਚੰਗੀ ਲੱਗਦੀ ਤਾਂ ਉਹਨਾਂ ਨੂੰ ਇਹ ਆਜ਼ਾਦੀ ਹੋਣੀ ਚਾਹੀਦੀ ਹੈ। ਦੈਨ ਸਪੋਰਟਰਸ ਆਫ ਇੰਟਰਨੈਸ਼ਨਲਿਜ਼ਮ ਐਂਡ ਇੰਟਰਨੈਸ਼ਨਲ ਪੀਸ, ਅੰਤਰਰਾਸ਼ਟਰਵਾਦ ਅਤੇ ਅੰਤਰਰਾਸ਼ਟਰੀ ਸ਼ਾਂਤੀ ਦਾ ਸਮਰਥਨ। ਉਹ ਕਹਿੰਦੇ ਹਨ ਕਿ ਜਿੰਨੇ ਵੀ ਦੇਸ਼ ਉਹਨਾਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ, ਅੰਤਰਰਾਸ਼ਟਰੀ ਸ਼ਾਂਤੀ ਸਥਾਪਿਤ ਕਰਨੀ ਚਾਹੀਦੀ ਹੈ, ਜਿਹੜੇ ਸੁਤੰਤਰ ਦੇਸ਼ ਉਹਨਾਂ ਨੂੰ ਵਰਲਡ ਫੈਡਰੇਸ਼ਨ ਬਣਾਉਣੇ ਚਾਹੀਦੇ ਹਨ, ਆਪਸ 'ਚ ਟ੍ਰੇਡ ਕਰਨਾ ਚਾਹੀਦਾ, ਵਪਾਰ ਕਰਨਾ ਚਾਹੀਦਾ ਹੈ, ਭਾਈਚਾਰਾ ਵਧਾਉਣਾ ਚਾਹੀਦਾ ਹੈ। ਇਹਦੇ ਨਾਲ ਦੁਨੀਆ ਦੀ ਸ਼ਾਂਤੀ ਨੂੰ ਬੜਾਵਾ ਮਿਲਦਾ ਹੈ। ਉਹ ਸੈਨਿਕ ਹਥਿਆਰਾਂ ਦੇ ਮਿਲਟਰੀ ਕੈਂਪਸ ਦੇ ਬਿਲਕੁਲ ਉਲਟ ਹਨ, ਜਿਹੜੇ ਕਿ ਅਸ਼ਾਂਤੀ ਇਹ ਚੀਜ਼ਾਂ ਫੈਲਾਉਂਦੀਆਂ ਹਨ, ਬਲਕਿ ਸਾਰੇ ਦੇਸ਼ਾਂ ਦਾ ਆਪਸ 'ਚ ਮੇਲ ਜੋਲ ਹੋਣਾ ਚਾਹੀਦਾ ਹੈ, ਆਪਸ 'ਚ ਵਪਾਰ ਇੰਪੋਰਟ ਐਕਸਪੋਰਟ ਵਧਾਉਣੇ ਚਾਹੀਦੇ ਹਨ, ਜਿਹਦੇ ਨਾਲ ਕਿ ਆਪਸੀ ਸ਼ਾਂਤੀ ਜਿਹੜੀ ਹੈ ਉਹ ਵਧੇ। ਸਟੂਡੈਂਟਸ, ਆ ਦੇਖੋ ਅਸੀਂ 21 ਸਪਟੰਬਰ ਨੂੰ ਇੰਟਰਨੈਸ਼ਨਲ ਡੇ ਆਫ ਪੀਸ ਸੈਲੀਬ੍ਰੇਟ ਕਰਦੇ ਹਾਂ। ਸੋ ਉਹ ਕਾਹਦੇ ਧਾਰਨੀ ਰਹੇ ਨੇ ਕਿ ਅੰਤਰਰਾਸ਼ਟਰਵਾਦ ਅਤੇ ਅੰਤਰਰਾਸ਼ਟਰੀ ਸ਼ਾਂਤੀ ਦਾ ਸਮਰਥਨ। ਉਹਨਾਂ ਇਹ ਕਿਹਾ ਕਿ ਆਪਣੇ ਦੇਸ਼ ਨੂੰ ਵੀ ਪਿਆਰ ਕਰੋ, ਪਰ ਨਾਲ ਨਾਲ ਵਰਲਡ ਜਿਹੜੀ ਪੀਸ ਹੈ ਉਹਨੂੰ ਵੀ ਡਿਵੈਲਪ ਕਰਨਾ ਹੈ। ਸਾਰੇ ਦੇਸ਼ਾਂ ਨੇ ਆਪਸ ਵਿੱਚ ਡਾਇਲੋਗ ਕਰਨਾ ਹੈ, ਆਪਸ 'ਚ ਮਿਲ ਜੁਲ ਕੇ ਰਹਿਣਾ। ਸੋ ਸਟੂਡੈਂਟਸ, ਇਹ ਅਸੀਂ ਸਿਧਾਂਤ ਕੀਤੇ। ਇਸ ਨੂੰ ਪੋਜ਼ਿਟਿਵ ਲਿਬਰਲਿਜ਼ਮ ਵੀ ਕਿਹਾ ਜਾਂਦਾ ਹੈ। ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇਹਦੇ ਵਿੱਚ ਰਾਜ ਦੀ ਜਿਹੜੀ ਭੂਮਿਕਾ ਹੈ ਉਸਨੂੰ ਬਹੁਤ ਪੋਜ਼ਿਟਿਵ ਲਿਆ ਗਿਆ ਹੈ ਕਿ ਰਾਜ ਅਜਿਹੀ ਸੰਸਥਾ ਹੈ ਜਿਹੜੀ ਆਪਣੇ ਮਨੁੱਖਾਂ ਦਾ ਭਲਾ ਚਾਹੁੰਦੀ ਹੈ, ਉਹਨਾਂ ਦਾ ਕਲਿਆਣ ਕਰਦੀ ਹੈ, ਉਹਨਾਂ ਦੀ ਨੈਤਿਕ ਅਤੇ ਮੋਰਲ ਡਿਵੈਲਪਮੈਂਟ ਹੁੰਦੀ ਹੈ। 4 ਕੁ ਸਿਧਾਂਤ ਹਨ ਜਿਹੜੇ ਕਲਾਸੀਕਲ ਲਿਬਰਲਿਸਟ ਅਤੇ ਮਾਡਰਨ ਲਿਬਰਲਿਸਟ ਦੇ ਨਹੀਂ ਮਿਲਦੇ। ਇੱਕ ਨੈਚੁਰਲ ਰਾਈਟਸ ਜਿਹੜੇ ਹਨ ਜਿੱਥੇ ਉਹਨਾਂ ਦੇ ਮਤਭੇਦ ਹਨ। ਕਲਾਸੀਕਲ ਕਹਿੰਦੇ ਹਨ ਕਿ ਅਧਿਕਾਰ ਕੁਦਰਤੀ ਹਨ, ਜਦੋਂ ਕਿ ਸਮਕਾਲੀ ਕੀ ਕਹਿ ਰਹੇ ਹਨ ਕਿ ਅਧਿਕਾਰ ਰਾਜ ਦਿੰਦਾ ਹੈ। ਦੈਨ ਸਟੇਟ ਦੀ ਭੂਮਿਕਾ 'ਚ ਫਰਕ ਪਾਇਆ। ਉਹਨਾਂ ਕਿਹਾ ਕਿ ਸਟੇਟ ਕਲਿਆਣਕਾਰੀ ਸੰਸਥਾ ਹੈ ਸਮਕਾਲੀ ਆਧਾਰਵਾਦੀ, ਜਦੋਂ ਕਿ ਪਰੰਪਰਾਵਾਦੀ ਆਧਾਰਵਾਦੀਆਂ ਨੇ ਕਿਹਾ ਕਿ ਜਿਹੜੀ ਸਟੇਟ ਹੈ ਉਹ ਆਰਟੀਫਿਸ਼ੀਅਲ ਹੈ। ਫਿਰ ਇਹਨਾਂ ਦਾ ਡਿਫਰੈਂਸ ਸੀਗਾ ਕਿ ਇਕੋਨੋਮੀ ਰੈਗੂਲੇਟਡ। ਸਮਕਾਲੀ ਆਧਾਰਵਾਦੀ ਕਹਿੰਦੇ ਹਨ ਇਕੋਨੋਮੀ ਰੈਗੂਲੇਟਡ ਚਾਹੀਦੀ ਹੈ, ਰਾਜ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਅਰਥ ਵਿਵਸਥਾ ਦੀਆਂ ਨੀਤੀਆਂ ਰਾਜ ਨੂੰ ਤੈਅ ਕਰਨੀਆਂ ਚਾਹੀਦੀਆਂ ਹਨ, ਜਦੋਂ ਕਿ ਜਿਹੜੇ ਕਲਾਸੀਕਲ ਲਿਬਰਲਿਸਟ ਸੀ ਉਹਨਾਂ ਨੇ ਕਿਹਾ ਸੀ ਕਿ ਮੁਕਤ ਕਰ ਦਿਉ, ਆਰਥਿਕ ਫਰੀਡਮ ਦੇ ਦਿਉ। ਸੋ ਇੱਥੇ ਵੀ ਇਹਨਾਂ ਦੇ ਮਤਭੇਦ ਹਨ। ਸੋ ਇਸੇ ਤਰ੍ਹਾਂ ਇਹਨਾਂ ਕਿਹਾ ਕਿ ਜਿਹੜੀਆਂ ਸੁਤੰਤਰਤਾਵਾਂ, ਕਲਾਸੀਕਲ ਕਹਿੰਦੇ ਕਿ ਸੁਤੰਤਰਤਾਵਾਂ ਅਸੀਮਤ ਹਨ, ਮਨੁੱਖ ਨੂੰ ਬਿਲਕੁਲ ਆਜ਼ਾਦ ਕਰ ਦਿਉ, ਪਰ ਇਹਨਾਂ ਕਿਹਾ ਕਿ ਨਹੀਂ, ਸੁਤੰਤਰਤਾ ਜਿਹੜੀ ਹੈ ਉਹ ਰਾਜ ਵਿੱਚ ਰਹਿ ਕੇ ਮਾਣੀ ਜਾਂਦੀ ਹੈ, ਜੇ ਅਸੀਮਤ ਹੋਏਗੀ ਤਾਂ ਅਰਾਜਕਤਾ ਫੈਲ ਜਾਏਗੀ। ਸੋ ਇਸ ਲਈ ਅਸੀਂ ਇਹਨੂੰ ਪੋਜ਼ਿਟਿਵ ਲਿਬਰਲਿਜ਼ਮ ਵੀ ਕਹਿੰਦੇ ਹਾਂ। ਸੋ ਸਟੂਡੈਂਟਸ, ਇਹਚੋਂ ਪੋਸੀਬਲ ਕੁਐਸਚਨ ਕੀ ਆ ਸਕਦੇ ਨੇ? ਤੁਹਾਨੂੰ ਇਹ ਪੁੱਛਿਆ ਜਾ ਸਕਦਾ ਹੈ ਕਿ ਵਟ ਇਜ਼ ਦਾ ਪੋਜੀਸ਼ਨ ਆਫ ਸਟੇਟ ਅਕੋਰਡਿੰਗ ਟੂ ਕੰਟੈਂਪਰੇਰੀ ਲਿਬਰਲਿਜ਼ਮ। ਅਸੀਂ ਕਰ ਚੁੱਕੇ ਹਾਂ ਕਿ ਕਲਿਆਣਕਾਰੀ ਸੰਸਥਾ ਹੈ ਜਿਹੜੀ ਕਿ ਮਨੁੱਖੀ ਹਿੱਤਾਂ ਲਈ ਕੰਮ ਕਰਦੀ ਹੈ, ਉਹਦੀ ਡਿਵੈਲਪਮੈਂਟ ਕਰਦੀ ਹੈ। ਤੁਸੀਂ ਬੜੀ ਅੱਛੀ ਤਰ੍ਹਾਂ ਇਹ ਆਨਸਰ ਲਿਖ ਸਕਦੇ ਹੋ। ਡਿਸਕ੍ਰਾਈਬ ਦਾ ਮੀਨਿੰਗ ਆਫ ਲਿਬਰਲਿਜ਼ਮ, ਰਾਈਟ ਡਾਊਨ ਇਟਸ 4 ਪ੍ਰਿੰਸੀਪਲਸ ਔਰ ਕਰੈਕਟਰਿਸਟਿਕਸ ਆਫ ਕੰਟੈਂਪਰੇਰੀ ਲਿਬਰਲਿਜ਼ਮ। ਮੀਨਿੰਗ ਜਿਸ ਤਰ੍ਹਾਂ ਕੀਤਾ ਅਸੀਂ ਕਿ ਕਿਹੜੇ ਲਤੀਨੀ ਭਾਸ਼ਾ ਦੇ ਸ਼ਬਦ ਲਿਬਰਲਿਸਟ ਤੋਂ ਲਿਆ ਗਿਆ ਹੈ, ਜਿਹਦਾ ਮਤਲਬ ਹੈ ਸੁਤੰਤਰ ਵਿਅਕਤੀ ਜਾਂ ਸੁਤੰਤਰਤਾ ਦਾ ਸਿਧਾਂਤ। ਔਰ ਜਦੋਂ ਵੀ ਤੁਹਾਨੂੰ ਪ੍ਰਿੰਸੀਪਲ ਪੁੱਛੇ ਜਾਣ ਜਾਂ ਕਰੈਕਟਰਿਸਟਿਕਸ ਪੁੱਛੀਆਂ ਜਾਣ, ਤੁਸੀਂ ਹਮੇਸ਼ਾ ਮਾਡਰਨ ਲਿਬਰਲਿਜ਼ਮ ਜਿਹੜਾ ਹੈ ਉਹ ਹੀ ਉਹਦੀਆਂ ਹੀ ਲਿਖਣੀਆਂ ਹਨ। ਸੋ ਅੱਗੇ ਵੱਧਦੇ ਹਾਂ। ਰਾਈਟ ਡਾਊਨ ਦਾ ਨੇਮ ਆਫ ਦਾ ਸਪੋਰਟਰਸ ਆਫ ਕੰਟੈਂਪਰੇਰੀ ਲਿਬਰਲਿਜ਼ਮ।
ਅਸੀਂ 7 ਸਪੋਰਟਰਸ ਬੱਚਿਓ ਯਾਦ ਕੀਤੇ ਹਨ, ਤੁਸੀਂ ਇਹਨਾਂ ਦੇ ਨਾਮ ਜਿਹੜੇ ਨੇ ਉਹ ਯਾਦ ਕਰ ਲੈਣੇ ਅਤੇ ਇਹ ਤੁਸੀਂ ਲਿਖ ਸਕਦੇ ਹੋ। ਦੈਨ ਵਾਈ ਆਰ ਕੰਟੈਂਪਰੇਰੀ ਲਿਬਰਲਿਸਟ ਅਗੇਂਸਟ ਓਪਨ ਟ੍ਰੇਡ ਐਂਡ ਇਕਨੋਮਿਕ ਫਰੀਡਮ, ਕਿਉਂ ਉਲਟ ਸੀਗੇ? ਕਿਉਂਕਿ ਜਿਹੜੇ ਓਪਨ ਕੰਪੀਟੀਸ਼ਨ ਸੀਗਾ, ਓਪਨ ਫਰੀਡਮ ਇਨ ਅਰਥ ਵਿਵਸਥਾ ਸੀਗੀ, ਇਕੋਨੋਮੀ ਸੀ, ਅਤੇ ਉਹਦੇ ਬੈਡ ਸਿੱਟੇ ਸੀ 1930s ਇਕਨੋਮਿਕ ਡਿਪਰੈਸ਼ਨ, ਅਮੀਰੀ ਅਤੇ ਗਰੀਬੀ ਵਿੱਚ ਅਸਮਾਨਤਾ ਅਤੇ ਮਜ਼ਦੂਰਾਂ ਦੀ ਲੁੱਟ ਖਸੁੱਟ, ਇਸ ਕਰਕੇ ਇਹ ਉਲਟ ਸੀ। ਅਤੇ ਇਹਨਾਂ ਨੇ ਕਿਹਾ ਕਿ ਰਾਜ ਨੂੰ ਅੱਗੇ ਆਉਣਾ ਚਾਹੀਦਾ ਅਤੇ ਉਹਦੀ ਆਪਣੀ ਜਿਹੜੀ ਆਰਥਿਕ ਅਵਸਥਾ ਦੀ ਜਿਹੜੀ ਆਰਥਿਕ ਅਰਥ ਵਿਵਸਥਾ ਹੈ ਉਹਨੂੰ ਨਿਯਤ ਕਰਨਾ ਚਾਹੀਦਾ, ਨਿਯਮਤ ਕਰਨਾ ਚਾਹੀਦਾ। ਵਟ ਆਰ ਦਾ ਰੀਜ਼ਨਸ ਆਫ ਦਾ ਐਮਰਜੈਂਸ ਆਫ ਕੰਟੈਂਪਰੇਰੀ ਲਿਬਰਲਿਜ਼ਮ? ਸੇਮ ਆਨਸਰ ਆਉਂਦਾ ਹੈ ਕਿ ਰਾਜਨੀਤਿਕ ਲੋਕਤੰਤਰ ਦਾ ਲੋਕਾਂ ਨੂੰ ਗਿਆਨ ਹੋਇਆ, ਫਿਰ 1930s ਡਿਪਰੈਸ਼ਨ ਦੇ ਕਰਕੇ ਇਕਨੋਮਿਕ ਡਿਪਰੈਸ਼ਨ ਹੋਇਆ, ਅਮੀਰ ਅਤੇ ਗਰੀਬ ਦੇ ਵਿੱਚ ਅਸਮਾਨਤਾ ਹੋਈ, ਜਿਹਦੇ ਕਰਕੇ ਇਹ ਰੀਜ਼ਨਸ ਬਣੇ। ਸੋ ਅਸੀਂ ਇਹ ਸਟੂਡੈਂਟਸ ਬੜੀ ਅੱਛੀ ਤਰ੍ਹਾਂ ਕੀਤਾ ਹੈ, ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਏਗਾ। ਸੋ ਪਲੀਜ਼ ਤੁਸੀਂ ਜਿਹੜੇ ਇਹਦੇ ਪੁਆਇੰਟਸ ਆ ਇਹ ਨੋਟ ਕਰ ਲੈਣੇ, ਪੂਰੀ ਅੱਛੀ ਤਰ੍ਹਾਂ ਆਪਣੇ ਨੋਟਸ ਜਿਹੜੇ ਹਨ ਉਹ ਬਣਾ ਲੈਣੇ। ਥੈਂਕ ਯੂ ਵੈਰੀ ਮੱਚ, ਹੈਵ ਏ ਨਾਈਸ ਡੇ, ਬੀ ਸੇਫ ਐਂਡ ਅਲਰਟ, ਥੈਂਕ ਯੂ।